ਵੀ ਗੈਂਗਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਇੰਨੀਆਂ ਜੇਬਾਂ ਦੇ ਵਿੱਚ ਜਾ ਰਿਹਾ, ਦੋ ਗੱਲਾਂ ਤਾਂ ਹੈਗੀਆਂ ਨੇ ਇਹ ਵੀ ਸਰਕਾਰ ਆਪਣਾ ਰਾਜ ਧਰਮ ਨਿਭਾਵੇ ਤਾਂ ਕੋਈ ਕੌਣ ਰੋਕ ਸਕਦਾ। ਅਸੀਂ ਇੰਨਾ ਵੱਡਾ ਬਦਲਾਅ ਲੈ ਕੇ ਆਏ, ਸਾਨੂੰ ਨਹੀਂ ਪਤਾ ਸੀ ਇਹ ਬਦਲਾਅ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇੰਨਾ ਜ਼ਿਆਦਾ ਤਬਾਹ ਕਰ ਦੂੰਗਾ। ਇਹਨਾਂ ਨੇ ਇੰਨੀ ਬਿਜਲੀ ਘਰ ਲਈ, ਲੱਖਾਂ ਐਨ ਆਰ ਆਈਆਂ ਦੇ ਵਿਦੇਸ਼ਾਂ 'ਚ ਬੈਠਿਆਂ ਦੇ ਮਨਾਂ ਦੇ ਵਿੱਚ ਵੀ ਇਹ ਸੀਗਾ ਵਹਿਮ ਵੀ ਪਤਾ ਨਹੀਂ ਨਵੇਂ ਬੰਦੇ ਆ ਕੇ ਕੀ ਕਰ ਦੇਣਗੇ। ਇਹਨਾਂ ਨੇ ਤਾਂ ਸਾਡਾ ਬੇੜਾ ਹੀ ਗਰਕ ਕਰਤਾ। ਦੇਖੋ ਆਹ ਤੁਹਾਡੇ ਸਾਹਮਣੇ ਦੇਖ ਲਓ, ਮੇਰਾ ਬੱਚਾ ਦੋ ਮਕਾਨ ਕਮਰਿਆਂ ਦੇ ਮਕਾਨ 'ਚ ਉੱਠ ਕੇ ਜੇ ਅੱਜ ਬਾਹਰ ਮਾਰੀਆਂ ਤੱਕ ਪਹੁੰਚਿਆ ਸੀ ਤਾਂ ਸਾਨੂੰ ਇਸੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀਂ ਹੱਥ ਨਹੀਂ ਲਾਏ। ਸਾਨੂੰ ਕਮਾਈ ਅਸੀਂ ਤਾਂ ਕਰ ਸਕਦੇ ਹਾਂ ਜੇ ਅਸੀਂ ਗੁੰਡਿਆਂ ਦੀ ਅਧੀਨ ਵੀ ਕਬੂਲਾਂਗੇ ਜਾ ਕੇ। ਸਾਨੂੰ ਆਪਦੇ ਇਲਾਕੇ ਦਾ ਗੁੰਡਾ ਭਰਨਾ ਪਊਗਾ, ਫਿਰ ਉਹਨੂੰ ਸਾਨੂੰ ਬਣਦਾ ਉਹਦਾ ਹਿੱਸਾ ਦੇਣਾ ਪਊਗਾ, ਫਿਰ ਅਸੀਂ ਜਾ ਕੇ ਆਪਦੇ ਇਲਾਕੇ 'ਚ ਵਿਚਰ ਸਕਦੇ ਹਾਂ। ਕਿ ਅਸੀਂ ਇਹਨਾਂ ਕਾਰਨਾਂ ਕਰਕੇ ਇਹ ਬਦਲਾਅ ਲੈ ਕੇ ਆਏ ਸੀ। ਇਸ ਬਦਲਾਅ ਦੀ ਸਰਕਾਰ ਨੇ 8 ਮਹੀਨਿਆਂ ਦੀ ਸਿੱਟ ਬਿਠਾਈ, 15 ਦਿਨ ਦੇ ਵਿੱਚ ਰਿਪੋਰਟ ਦੇਣ ਲਈ ਕਿਹਾ, 9 ਮਹੀਨਿਆਂ ਬਾਅਦ 8 ਮਹੀਨਿਆਂ ਬਾਅਦ ਜਾ ਕੇ ਰਿਪੋਰਟ ਦਿੰਦੇ ਆ ਤੇ ਜਾ ਕੇ ਕਹਿ ਦਿੰਦੇ ਆ ਇਹ ਕੰਮ ਤਾਂ ਜੀ ਕਿਸੇ ਅਣਪਛਾਤੇ ਬੰਦਿਆਂ ਦਾ। ਦੇਖੋ ਅਦਾਲਤ ਵਾਸਤੇ ਵੀ ਇਹਨਾਂ ਦੇ ਹਾਈ ਮਾਨ ਯੋਗ ਹਾਈ ਕੋਰਟ ਦਾ ਵੀ ਡਰ ਇਹਨਾਂ ਦੇ ਕਿਤੇ ਨੇੜੇ ਤੇੜੇ ਹੋਈ ਇਹਨਾਂ ਨੇ, ਕਿਉਂਕਿ ਇਹ ਨੈਕਸਸ ਬਣਿਆ ਹੋਇਆ। ਇਹ ਇੱਕ ਬਹੁਤ ਵੱਡਾ ਜਿਹੜਾ ਮੈਂ ਤੁਹਾਨੂੰ ਕੀ ਕਹਾਂ ਇਹਦੇ ਵਿੱਚ ਨੈਕਸਸ ਹੀ ਹੈ ਵੀ ਜਿਹੜਾ ਰਲੇ ਹੋਏ ਨੇ ਸਾਰੇ, ਜੇ ਕਿਸੇ 'ਤੇ ਐਫ ਆਈ ਆਰ ਕਰਦੇ ਆ, ਜੇ ਕਿਸੇ ਜ਼ਿੰਮੇਵਾਰ ਬੰਦੇ ਨੂੰ ਉਹਦੇ 'ਤੇ ਉਂਗਲੀ ਧਰਦੇ ਆ ਤਾਂ ਇਹ ਖੁਦ ਫਸਦੇ ਆ। ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ, ਤੁਹਾਡਾ ਇੱਕ ਇੰਸਪੈਕਟਰ ਕਨੇਡਾ ਭੱਜਿਆ ਹੋਇਆ, ਵੀਡੀਓ ਪ੍ਰਕਾਸ਼ਿਤ ਹੋਣ ਆਪਣੇ ਚੈਨਲਾਂ 'ਤੇ ਚੱਲਣ ਤੋਂ ਪਹਿਲਾਂ ਹੀ ਭੱਜ ਗਿਆ ਸੀ ਕਿ ਤੁਹਾਨੂੰ ਪਤਾ ਨਹੀਂ ਕੀ ਪੁਲਿਸ ਵਾਲੇ ਵੀਰ ਖੜੇ ਨੇ ਪੈਨਸ਼ਨ ਦੇ ਕੋਲੇ ਜਾ ਕੇ, ਪੈਨਸ਼ਨ ਛੱਡ ਕੇ ਤੁਸੀਂ ਕਨੇਡਾ ਭੱਜ ਜਾਓਗੇ। ਅਗਲਾ ਸਾਲ ਪਾਰ ਪਹਿਲਾਂ ਇੱਕ ਕਦਮ ਲੈ ਵੀ ਸੋਚ ਕੇ ਕਰਦਾ, ਮੇਰੀ ਪੱਕੀ ਹੋਈ ਫਸਲ ਮੈਂ ਸਾਰੀ ਉਮਰ ਜੋਬ ਕੀਤੀ ਹੈ, ਇਹ ਕਿਤੇ ਖਰਾਬ ਨਾ ਹੋ ਜਾਏ। ਡਰ ਕੇ ਬੰਦਾ ਨੌਕਰੀ ਕਰਦਾ ਰਿਟਾਇਰਮੈਂਟ ਦੇ ਨੇੜੇ ਜਾ ਕੇ, ਤੇ ਇੱਥੇ ਇੰਸਪੈਕਟਰ ਸਾਹਿਬ ਨੂੰ ਗਿਆ ਨੂੰ 9 ਮਹੀਨੇ ਹੋ ਗਏ ਛੱਡ ਕੇ ਇੱਥੋਂ, ਕਦੇ ਤੁਸੀਂ ਪੁੱਛ ਪੜਤਾਲ ਕੀਤੀ ਵੀ ਕੋਈ ਬੰਦਾ ਬਿਨਾਂ ਛੁੱਟੀ ਲਏ ਤੇ ਤੁਹਾਡੇ ਮਹਿਕਮੇ ਦਾ ਕਨੇਡਾ ਭੱਜ ਗਿਆ? ਬੋਲੋ ਕੀ ਸੀ? ਨਹੀਂ ਪੁੱਛੋਗੇ, ਕਿਉਂਕਿ ਤੁਹਾਨੂੰ ਸਾਰਾ ਪਤਾ ਹੈ, ਤੁਹਾਡੀ ਦੇਖ ਰੇਖ ਦੇ ਵਿੱਚ ਸਾਰਾ ਕੰਮ ਹੋਇਆ। ਤੁਸੀਂ ਕਹਿੰਦੇ ਹੋ ਕਿ ਫਿਰ ਜੇ ਤੁਸੀਂ ਰਾਜਸਥਾਨ ਦੇ ਵਿੱਚ ਬਣੀਏ ਫਿਰ ਰਾਜਸਥਾਨ ਦਾ ਨਾਮ ਲੈ ਲਓ ਭਾਈ, ਵੀ ਫਲਾਣੇ ਚਾਰਜ ਦਿੰਦੇ ਹੋ, ਇੱਕ ਦੂਜੇ ਤੋਂ ਗਰੰਟ ਲੈਂਦੇ ਹੋ, ਸਾਰੀ ਡਾਕੂਮੈਂਟੇਸ਼ਨ ਸਾਰੀ ਹੁੰਦੀ ਹੈ ਕਾਰਵਾਈ ਪੂਰੀ, ਕਿ ਕਿਹੜੇ ਕੈਦੀ ਦੀ ਬਾਂਹ ਫੜਾ ਕੇ ਤੁਸੀਂ ਦੂਜੀ ਵਾਰ ਚੜ ਜਾਂਦੇ ਹੋ? ਪਤਾ ਤੁਹਾਨੂੰ ਸਾਰਾ, ਤੁਹਾਨੂੰ ਵੀ ਪਤਾ 7 ਤੇ 8 ਦੀ ਰਾਤ ਨੂੰ ਕਿੱਥੇ ਰੱਖਿਆ ਤੁਸੀਂ, ਪਰ ਦੱਸਣਾ ਨਹੀਂ ਚਾਹੁੰਦੇ। ਤੁਸੀਂ ਮੇਰੇ ਪੁੱਤ ਦੇ ਜਸ ਨੂੰ ਲੁਕਾਉਣਾ ਚਾਹੁੰਦੇ ਹੋ? ਕੋਈ ਗੱਲ ਨਹੀਂ, ਮੈਨੂੰ ਜਸਟਿਸ ਕਾਹਦਾ ਮਿਲਣਾ? ਮੈਂ ਜਵਾਕ ਖੋ ਚੁੱਕਿਆ, ਮੈਨੂੰ ਨਹੀਂ ਮਿਲੂਗਾ ਦੁਬਾਰੇ। ਪਰੰਤੂ ਤੁਹਾਡੀ ਇਸ ਘਟੀਆ ਗੱਲ ਨੂੰ ਇਹ ਜਨਤਾ ਦੇਖ ਰਹੀ ਹੈ ਸਾਰੀ, ਮੈਂ ਤੁਹਾਨੂੰ ਤੁਹਾਡੇ ਮੂਹਰੇ ਅੱਧਾ ਘੰਟਾ ਮੇਰਾ ਬੋਲਣ ਦਾ ਮਕਸਦ ਇਹੀ ਹੈ, ਮੈਨੂੰ ਜਸਟਿਸ ਨਹੀਂ ਦੇਣ ਲੱਗੇ ਇਹ, ਠੀਕ ਹੈ? ਮਾਨ ਯੋਗ ਕੋਰਟ ਆਪਣੀ ਬਾਹ ਲਾਉਂਦੀਆਂ ਨੇ, ਪਰੰਤੂ ਇਹਨਾਂ ਨੇ ਕਿੰਨੀ ਸਾਜ਼ਿਸ਼ ਦੇ ਅਧੀਨ ਇੱਕ ਵਕੀਲਾਂ ਦੀ ਭਾਈ ਫੌਜ ਖੜੀ ਹੈ, ਹਰੇਕ ਨੇ ਨਵੀਂ ਐਪਲੀਕੇਸ਼ਨ ਆਪਦੇ ਲਾ ਦੇਣੀ ਹੈ, ਆਖਰ ਨੂੰ ਕਾਨੂੰਨੀ ਪ੍ਰਕਿਰਿਆ ਨੂੰ ਵੀ ਨਿਭਾਉਣਾ ਇੱਕ ਫਰਜ਼ ਹੈ, ਤਾਂ ਜੱਜ ਸਾਹਿਬਾਨ ਆਪਦੇ ਦਾਇਰੇ ਤੋਂ ਬਾਹਰ ਕਿੱਦਾਂ ਜਾ ਸਕਦੇ ਹੈ? ਪਰ ਜਿੱਥੇ ਸਰਕਾਰ ਵੀ ਉਹਨੂੰ ਲੇਟ ਕਰਨ 'ਤੇ ਲੱਗੀ ਹੈ, ਤਾਂ ਦੋਸ਼ੀਆਂ ਨੇ ਤਾਂ ਲੇਟ ਕਰਨੀ ਕਰਨਾ, ਉਹਨਾਂ ਨੂੰ ਤਾਂ ਰੋਣੀ ਰੋਣੀ ਹੈ, ਜਿਹੜੀ ਗੱਲ ਦੇ ਚਾਰਜ ਫਰੇਮ ਹੋਣੇ ਆ, ਅੱਜ 8 ਤਰੀਕਾਂ ਪੈ ਗਈਆਂ, ਚਾਰਜ ਫਰੇਮ ਹੁੰਦਿਆਂ ਨੂੰ ਪਰੰਤੂ ਲੱਗਣਗੇ ਹੁੰਦੇ, ਆਈ ਵਾਰ ਨਵੀਂ ਐਪਲੀਕੇਸ਼ਨ ਲਾ ਦੇਣੀ, ਆਈ ਵਾਰ ਨਵੀਂ ਐਪਲੀਕੇਸ਼ਨ ਲਾ ਦੇਣੀ। ਅਸੀਂ ਗੱਲਾਂ ਕਰਦੇ ਹਾਂ ਪੰਥ ਦੀਆਂ,